ਸੱਚੀ ਕਾਲ ਪਿਆਰੇ ਬੱਚਿਓ ਸਾਇੰਸ ਦਾ ਅੱਜ ਆਪਣਾ ਨੈਕਸਟ ਵੀਡੀਓ ਲੈਕਚਰ ਹੈ ਕਾਰਬਨ ਅਤੇ ਇਸ ਦੇ ਜੋਗ ਇੱਕ ਬਹੁਤ ਹੀ ਇੰਪੋਰਟੈਂਟ ਟਾਪਿਕ ਆ ਬਿੜਾ ਹੈ ਇਸ ਚੈਪਟਰ ਨੂੰ ਤੁਸੀਂ ਡਿਟੇਲ ਦੇ ਵਿੱਚ ਬੁੱਕ ਦੇ ਵਿੱਚੋਂ ਵੀ ਪੜ੍ਹਨਾ ਕੁਝ ਕੁਐਸਚਨ ਆ ਜਿਹੜੇ ਮੈਂ ਤੁਹਾਡੇ ਨਾਲ ਡਿਸਕਸ ਕਰੂੰਗਾ ਜਿਹੜੇ ਕਿ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਆ ਪਰ ਜ਼ਰੂਰੀ ਨਹੀਂ ਵੀ ਇਹੀ ਪੁੱਛੇ ਜਾਣ ਤੁਸੀਂ ਬੁੱਕ ਨੂੰ ਵੀ ਨਾਲ ਲੈ ਕੇ ਚੱਲਣਾ ਬੁੱਕ ਦੇ ਵਿੱਚੋਂ ਵੀ ਕੁਐਸਚਨ ਕਰਨੇ ਹਨ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਆਪਣਾ टॉपिक क्वेश्चन तो फर्स्ट क्वेश्चन गैस वेल्डिंग दौरान वरती जाने वाली एस्टलीन गैस दसायनिक सूत्र की है बेटा ये तो कहते पढ़ा ही है जी एसटीलिन गैस होंगी है सी एच ट्रिपल बाउंड सी एच ठीक है बेटा ये होंगे एसटलीन गैस द रसायनिक ਵੰਤਰਾ ਜਿਹੜੀ ਉਸ ਪ੍ਰਕਾਰ ਦੀ ਹੁੰਦੀ ਹੈ CH ਟ੍ਰਿਪਲ ਬੌਂਡ CH ਤਾਂ ਆਪਾਂ ਇਹ ਵੈਸੇ ਲਿਖਣਾ ਹੋਵੇ ਤਾਂ ਕਿਵੇਂ ਲਿਖਾਂਗੇ C2 H2 ਇਹਦੇ ਲਈ ਸਹੀ ਉੱਤਰ ਆਏਗਾ ਇਹ ਕਿਹੜਾ ਅਸੰਤ੍ਰਿਪਤ ਹਾਈਡਰੋਕਾਰਬਨਾਂ ਦੇ ਵਿੱਚ ਆਉਂਦੀ ਹੈ ਕਿਉਂਕਿ ਇਹਦੇ ਵਿੱਚ ਟ੍ਰਿਪਲ ਬੌਂਡ ਆਉਂਦਾ ਸਮਝ ਗਏ ਬੇਟਾ ਕੀ ਇਹਦੇ ਲਈ ਸਹੀ ਉੱਤਰ ਕੀ ਆਏਗਾ ਗੈਸ ਵੈਲਡਿੰਗ ਦੌਰਾਨ ਵਰਤੀ ਜਾਣ ਵਾਲੀ ਐਸਚਲਿਨ ਗੈਸ ਦਾ ਰਸਾਇਣਿਕ ਸੂਤਰ ਕੀ ਹੈ ਆਪਣੇ ਕੋਲ C2H2 थर्ड ऑप्शन अगला CH4 ਵਿੱਚ ਅਣੂ ਕਿੰਨੇ ਸਹਿ ਸੰਯੋਜੀ ਬੰਧਨ ਹੁੰਦੇ ਨੇ ਇਹ ਸਾਨੂੰ ਵਿੱਚ ਕਹਿੰਦੇ ਕਿੰਨੇ ਸਹਿ ਸੰਯੋਜੀ ਅੰਦਰ ਹੁੰਦੇ ਨੇ ਦੇਖੋ ਇਹ ਵੀ ਮੈਂ ਤੁਹਾਨੂੰ ਬਣਾ ਕੇ ਦਿਖਾਉਣਾ ਕਹਿੰਦੇ ਹੁੰਦੇ ਨੇ ਬੇਟਾ 4 C ਦੇ ਨਾਲ 4 ਹਾਈਡਰੋਜਨ ਆ ਜਿਹੜੇ ਉਹ ਜੁੜੇ ਹੁੰਦੇ ਨੇ ਦੇਖੋ ਚਾਰ ਹਾਈਡਰੋਜਨ ਸੀਾਂ ਜੁੜੇ ਹੋਏ ਨੇ ਤਾਂ ਕਿੰਨੇ ਫਿਰ ਬੰਧਨ ਨੇ ਇਹਦੇ ਵਿੱਚ ਸਹਿ ਸੰਯੋਜੀ ਬੰਧਨ ਕਿੰਨੇ ਹੋਗੇ ਚਾਰ ਹੋਏ ਤਾਂ ਇਹਦੇ ਲਈ ਦੂਜੀ অপਸ਼ਨ ਸਹੀ ਹੋਏਗੀ ਅਗਲਾ ਕੁਐਸਚਨ n ਬਿਊਟੇਨ ਦਾ ਅਣਵੀ ਫਾਰਮੂਲਾ ਹੁੰਦਾ ਹੈ ਅਣੂਆਂ ਦਾ ਫਾਰਮੂਲਾ ਕੀ ਹੁੰਦਾ ਹੈ n ਬਿਊਟੇਨ ਦਾ ਬਿਊਟੇਨ ਹੈ ਮਤਲਬ ਅਲਕੀਨ ਦੀ ਟਾਈਪ ਪਰ ਜੇ ਅਲਕੀਨ ਦੀ ਟਾਈਪ ਪਤਾ ਉਹਦੇ ਲਈ ਸੂਤਰ ਹੁੰਦਾ ਹੈ CN H2n, ए, but... उन, चार। चार H 2n 2 ਠੀਕ ਹੈ ਬੇਟਾ ਇਹ ਅਲਕੀਨ ਵਾਸਤੇ ਸੂਤਰ ਹੁੰਦਾ ਹੈ ਹੁਣ ਬਿਊਟੇਨ ਵਾਸਤੇ ਆਪਾਂ n ਕਿੰਨੀ ਲੈਣੀ ਆ 4 ਤਾਂ C ਤਾਂ 4 ਹੋ ਗਿਆ H ਕੀ ਹੋ ਜਾਈ ਗਈ 4 2 8 2 10 ਇਤ ਕਿੰਨਾ ਹੋ ਜਾਊਗਾ 10 ਤਾਂ ਕਿੰਨਾ ਫਿਰ ਹੋ ਗਿਆ ਅਣਵੀ ਸੂਤਰ ਅਣਵੀ ਫਾਰਮੂਲਾ C4H10 ਚੌਥੀ ਆਪਸ਼ਨ ਇਹਦੇ ਲਈ ਸਹੀ ਹੋਏਗੀ ਦੇਖੋ ਬੇਟਾ ਅਲਕੀਨ ਲਈ ਇਹ ਹੁੰਦਾ CNH2N+2 ਜੇ ਅਲਕੀਨ ਆਪਾਂ ਦਿੱਤਾ ਤਾਂ ਉਹਦੇ ਲਈ ਹੁੰਦਾ CNH2N CNH2N ਜੇ ਆਪਾਂ ਨੂੰ ਅਲਕਾਇਨ ਦਿੱਤਾ ਟ੍ਰਿਪਲ ਬੌਂਡ ਲਿਖਤੇ ਨੇ ਤਾਂ ਆ ਪੱਕੀ ਸੂਤਰ ਹੁੰਦਾ CNH2N- 2 ਇੱਥੇ +2 ਉੱਥੇ -2 ਆ ਜਾਏਗਾ। ਅਗਲਾ ਚੌਥਾ ਕੁਐਸਚਨ ਦੇਖੋ ਬੇਟਾ ਇੱਕ ਕਿਸਾਨ ਗੋਬਰ ਗੈਸ ਪਲਾਂਟ ਤੋਂ ਪ੍ਰਾਪਤ ਗੈਸ ਨੂੰ ਬਾਲਣ ਵਜੋਂ ਵਰਤਦਾ ਹੈ ਗੋਬਰ ਗੈਸ ਵਿੱਚਲੀ ਹਾਈਡਰੋਕਾਰਬਨ ਦਾ ਮੁੱਖ ਹੰਚ ਕਿਹੜਾ ਹੈ ਤਾਂ ਕਿਹੜਾ ਬੇਟਾ ਹੈ ਬੁੱਕ ਜਿਵੇਂ ਸੈ ਤੂੰ ਦੇਖਿਆ ਹੋਵੇ ਤਾਂ ਮੀਥੇਨ ਹੈ ਇਹਦੇ ਲਈ ਸਹੀ ਉੱਤਰ ਗੋਬਰ ਗੈਸ ਜਾਂ ਬਾਇਓ ਗੈਸ ਕਹ ਲਈ ਆਪਾਂ ਇਹਦੇ ਵਿੱਚ ਕਈ ਪ੍ਰਕਾਰ ਦੀਆਂ ਗੈਸੇਜ਼ ਦਾ ਮਿਸ਼ਰਣ ਹੁੰਦਾ ਹੈ। ਜਿਵੇਂ ਇਹਦੇ ਵਿੱਚ ਮੀਥੇਨ ਹੈ ਜਿਹੜੀ ਉਹ ਮੇਜਰ ਕੰਪੋਨੈਂਟ ਹੁੰਦਾ ਮਤਲਬ 50 ਤੋਂ 70% ਮੀਥੇਨ ਹੁੰਦੀ ਹੈ ਉਸ ਤੋਂ ਬਾਅਦ 25 ਤੋਂ 45% ਕਾਰਬਨ ਡਾਈਆਕਸਾਈਡ ਹੁੰਦੀ ਹੈ ਲਗਭਗ ਚੌਥਾ ਹਿੱਸਾ ਹੋਰ ਗੈਸਾਂ ਗੜੀਆਂ ਗੜੀਆਂ ਹੁੰਦੀਆਂ ਜਿਵੇਂ ਹਾਈਡਰੋਜਨ ਹੋਗੀ ਹਾਈਡਰੋਜਨ ਗੈਸ ਹਾਈਡਰੋਜਨ ਸਲਫਾਈਡ ਵਾਟਰ ਵੇਪਰਸ ਹੋਗੇ ਨਾਈਟ੍ਰੋਜਨ ਗੈਸ ਆਕਸੀਜਨ ਗੈਸ ਅਤੇ ਅਮੋਨੀਆ ਗੈਸ ਇਹਨਾਂ ਦੇ ਵੀ ਕੁਝ ਅੰਸ਼ ਇਹਦੇ ਵਿੱਚ ਵਿੱਚ ਹੁੰਦੇ ਨੇ ਪਰ ਜਿਹੜਾ ਮੇਜਰ ਕੰਪੋਨੈਂਟ ਹੈ ਉਹ ਕੀ ਹੁੰਦਾ ਮੀਥੇਨ ਗੈਸ ਹੁੰਦੀ ਹੈ ਅਗਲਾ ਕੁਐਸਚਨ ਸਾਡੇ ਘਰਾਂ ਵਿੱਚ ਆਮ ਤੌਰ ਤੇ ਐਲਪੀਜੀ ਬਾਲਨ ਦੇ ਰੂਪ ਦੇ ਵਿੱਚ ਵਰਤੀ ਹੁੰਦੀ ਹੈ ਐਲਪੀਜੀ ਵਿੱਚ ਮੁੱਖ ਤੌਰ ਤੇ ਕਿਹੜੀ ਗੈਸ ਹੁੰਦੀ ਹੈ ਜਿਹੜੀ ਐਲਪੀਜੀ ਹੈ ਉਹ ਦੋ ਗੈਸਾਂ ਦਾ ਮਿਸ਼ਰਣ ਹੁੰਦੀ ਹੈ ਐਲਪੀਜੀ ਪ੍ਰੋਪੇਨ ਤੇ ਬਿਊਟੇਨ ਬਿਊਟੇਨ ਆ ਜਿਹੜੀ ਉਹ ਇਹਦੇ ਵਿੱਚ ਜ਼ਿਆਦਾ ਹੁੰਦੀ ਹੈ ਲਗਭਗ 80% ਦੇ ਕਰੀਬ ਹੈ ਜਿਹੜੀ ਉਹ ਬਿਊਟੇਨ ਹੁੰਦੀ ਹੈ ਕਿਉਂਕਿ ਇਹ ਘੱਟ ਟੈਂਪਰੇਚਰ ਤੇ ਨਹੀਂ ਜਲਦੀ ਤੇ ਉਸ ਤੋਂ ਬਾਅਦ ਪ੍ਰੋਪੇਨ ਹੁੰਦੀ ਹੈ 20% ਦੇ ਕਰੀਬ ਪ੍ਰੋਪੇਨ ਹੁੰਦੀ ਹੈ ਮਤਲਬ ਮੇਜਰ ਕੰਪੋਨੈਂਟ ਕਾਹਦਾ ਹੁੰਦਾ ਹੈ ਇਹਦੇ ਵਿੱਚ ਬਿਊਟੇਨ ਹੁੰਦਾ ਸਹੀ ਉੱਤਰ ਬਿਊਟੇਨ ਆਏਗਾ ਛੇਮਾ ਕੁਐਸਚਨ ਦੇਖ ਬੇਟਾ ਪੂਜਾ ਦੀ ਮਾਤਾ ਨੇ ਆਂਬ ਦਾ ਅਚਾਰ ਪਾਉਣ ਵੇਲੇ ਸਿਰਕੇ ਦਾ ਇਸਤੇਮਾਲ ਵੀ ਕੀਤਾ ਸਿਰਕਾ ਜਿਸ ਤਿਆਬ ਦਾ ਘੋਲ ਹੁੰਦਾ ਉਸ ਦਾ ਸੂਤਰ ਕੀ ਹੈ ਕੀ ਹੈ ਵੀ ਕਿਹੜੇ ਤਿਆਬ ਦਾ ਘੋਲ ਹੁੰਦਾ ਇਥਾਨੋਇਕ ਤਿਆਬ ਜਾਂ ਆਪਾਂ ਨੂੰ ਕੀ ਬੋਲਦੇ ਆ ਐਸਟਿਕ ਐਸਿਡ ਮਤਲਬ CH3COOH ਜਦੋਂ ਆਪਾਂ ਇਹਨੂੰ ਐਸਟਿਕ ਐਸਰ ਬੋਲਦੇ ਹੁੰਦੇ ਆ ਜਾਂ ਕੀ ਬੋਲਦੇ ਆ ਇਹਨੂੰ ਆਪਾਂ ਇਥੈਨੋਆਇਕ ਤੇਜਾਬ ਜਾਂ ਐਸਿਡ CH3COOH ਇਹਦਾ ਪਾਣੀ ਦੇ ਵਿੱਚ ਘੋਲਿਏ ਨੂੰ ਸਿਰਕਾ ਬਣਾਉਂਦਾ ਤੇਜਾਬੀ ਤੇਜਾਬ ਵਾਲਾ ਕੋਲ ਕਿਸ ਗੁਣ ਕਾਰਨ ਕਾਰਬਨ ਬਹੁਤਾਂਤ ਦੇ ਜੋਗਿਕ ਬਣਾਉਂਦਾ ਹੈ ਮਤਲਬ ਬਹੁਤ ਬਿੰਨ ਬਿੰਨ ਪ੍ਰਕਾਰ ਦੇ ਯੋਗਿਕਾ ਜਿਹੜਾ ਕਾਰਬਨ ਬਣਾਉਂਦਾ ਉਹ ਕਿਹੜੇ ਗੁਣ ਕਾਰਨ ਬਣਾਉਂਦਾ ਤਾਂ ਦੋਨੋਂ ਹੀ ਗੁਣ ਆ ਬੇਟਾ ਇਹਦੇ ਚਾਰ ਸੰਯੋਜਕਤਾ ਤੇ ਲੜੀ ਬੰਧਨ ਚਾਰ ਸੰਯੋਜਕਤਾ ਮਤਲਬ ਉਹ ਚਾਰ ਬੌਂਡ ਬਣਾਉਂਦਾ ਠੀਕ ਹੈ ਚਾਰ ਬੰਧਨ ਬਣਾਉਂਦਾ ਹੈ ਲੜੀ ਬੰਧਨ ਉਹ ਆਪਣੇ ਨਾਲ ਜਾਂ ਕਿਸੇ ਹੋਰ ਨਾਲ ਮਤਲਬ ਲੜੀ ਦੇ ਵਿੱਚ ਜੁੜਦਾ ਜਾਂਦਾ ਕਾਰਬਨ ਦਾ ਕਾਰਬਨ ਨਾਲ ਬੌਂਡ ਬਹੁਤ ਸਟਰੋਂਗ ਬਣਦਾ ਹੈ ਤੇ ਇਹਦੇ ਲਈ ਥਰਡ ਆਪਸ਼ਨ ਸਹੀ ਹੈ ਊੜਾ ਤੇ ਆੜਾ ਦੋਨੋਂ ਅਠਵਾਂ ਕੁਐਸਚਨ ਪ੍ਰਕਿਰਤੀ ਵਿੱਚ ਕਾਰਬਨ ਤੱਤ ਬਹੁਤ ਸਾਰੇ ਵੱਖ-ਵੱਖ ਰੂਪਾਂ ਵਿੱਚ ਪਾਇਆ ਜਾਂਦਾ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਰਬਨ ਦਾ ਇੱਕ ਰੂਪ ਹੈ ਕਾਰਬਨ ਦੇ ਬਹੁਤ ਪੈਨ ਪੈਨ ਰੂਪ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਤਾਂ ਇਹਨਾਂ ਦੇ ਵਿੱਚੋਂ ਦੱਸਣਾ ਕਿਹੜਾ ਹੈ ਹੀਰਾ ਗਰੇਫਾਈਟ ਬਕਮਿੰਸਟਰ ਫਲੋਰਿਨ ਤਾਂ ਇਹ ਸਾਰੇ ਹੀ ਕਾਰਬਨ ਦੇ ਰੂਪ ਨੇ ਆਪਾਂ ਵੈਸੇ ਪਹਿਲਾਂ ਵੀ ਪੜਿਆ ਹੈ ਹੀਰਾ ਗਰੇਫਾਈਟ ਇਹ ਬਕਮਿੰਸਟਰ ਇਹ ਤਿੰਨੇ ਹੀ ਇਹਦੇ ਰੂਪ ਨੇ ਤਾਂ ਇਹਦਾ ਆਪਸ਼ਨ ਉਪਰੋਕਤ ਸਾਰੇ ਆਏਗਾ ਅਗਲਾ ਕੁਐਸਚਨ ਮੀਨਾਂ ਨੇ ਕਾਰਬਨ ਯੋਗਿਕਾਂ ਦੇ ਪਿਘਲਣ ਅੰਕਾਂ ਤੇ ਉਬਲਣ ਉਬਲਣ ਅੰਕ ਬਾਰੇ ਪੜ੍ਹਿਆ ਇਹਨਾਂ ਯੋਗਿਕਾਂ ਦੇ ਪਿਘਲਣ ਅੰਕ ਤੇ ਉਬਲਣ ਅੰਕ ਜਿਹੜੇ ਉੱਚੇ ਹੁੰਦੇ ਨੇ ਇਸ ਦਾ ਕੀ ਕਾਰਨ ਹੈ ਕੀ ਕਾਰਨ ਹੈ ਵੀ ਕਿਉਂ ਉੱਚੇ ਹੁੰਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਸਹਿ ਸੰਯੋਜੀ ਬੰਧਨ ਹੁੰਦਾ ਮਤਲਬ ਕੋਵਲੈਂਟ ਬੌਂਡ ਹੁੰਦਾ ਠੀਕ ਹੈ ਇਸ ਕਰਕੇ ਇਹਨਾਂ ਦੇ ਅੰਕ ਉਬਲਣ ਅੰਕ ਉਬਲਣ ਅੰਕ ਤੇ ਪਿਘਲਣ ਅੰਕ ਉੱਚੇ ਹੁੰਦੇ ਨੇ ਤੋ ਫਿਰ ਇਹਦੇ ਲਈ ਆਪਾਂ ਕੀ ਲਿਖਾਂਗੇ ਅਣੂਆ ਵਿਚਕਾਰ ਪ੍ਰਵਲ ਖਿੱਚਵਾਲ ਮਤਲਬ ਵਧੀਆ ਸਟਰੋਂਗ ਫੋਰਸ ਹੁੰਦੀ ਹੈ ਅਟਰੈਕਟਿਵ ਫੋਰਸ ਸਟਰੋਂਗ ਹੁੰਦੀ ਹੈ ਅਣੂਆ ਵਿਚਕਾਰ ਅਗਲਾ ਦੀਪਕਾ ਦੇ ਪਿਤਾ ਜੀ ਨੇ ਉਸ ਨੂੰ ਦੱਸਿਆ ਕਿ ਬਨਸਪਤੀ ਘਾਹ ਨੂੰ ਬਨਸਪਤੀ ਤੇਲ ਨਾਲ ਤਿਆਰ ਕੀਤਾ ਜਾਂਦਾ ਹੈ ਤਾਂ ਇਸ ਬਨਸਪਤੀ ਤੇਲ ਨੂੰ ਬਨਸਪਤੀ ਘਾਹ ਵਿੱਚ ਬਦਲਣ ਦੀ ਕਿਰਿਆ ਨੂੰ ਕੀ ਬੋਲਦੇ ਨੇ ਹਾਈਡਰੋਜਨੀਕਰਨ ਕਿਉਂਕਿ ਜਿਹੜਾ ਬਨਸਪਤੀ ਤੇਲ ਹੁੰਦਾ ਹੈ ਉਹ ਅਸੰਤ੍ਰਿਪਤ ਹਾਈਡਰੋਕਾਰਬਨ ਹੁੰਦਾ ਹੈ। ਕਿਹਾ ਹੁੰਦਾ ਸੰਤ੍ਰਿਪਤ ਹੁੰਦਾ। ਮਤਲਬ ਅਸੰਤ੍ਰਿਪਤ ਜਿਨ੍ਹਾਂ ਦੇ ਵਿੱਚ ਡਬਲ ਜਾਂ ਟ੍ਰਿਪਲ ਬੌਂਡ ਹੋਵੇ। ਤੇ ਸੰਤ੍ਰਿਪਤ ਜਿਨ੍ਹਾਂ ਦੇ ਵਿੱਚ ਸਿੰਗਲ ਬੌਂਡ ਹੋਵੇ। ਡਬਲ ਬੌਂਡ ਨੂੰ ਆਪਾਂ ਸਿੰਗਲ ਬੌਂਡ 'ਚ ਕਨਵਰਟ ਕੀਤਾ ਮਤਲਬ ਹਾਈਡਰੋਜਨ ਦੀ ਐਡੀਸ਼ਨ ਕੀਤੀ ਆ। ਹਾਈਡਰੋਜਨ ਨੂੰ ਐਡ ਕੀਤਾ। ਠੀਕ ਹੈ? ਹਾਈਡਰੋਜਨ ਨੂੰ ਐਡ ਕੀਤਾ ਮਤਲਬ ਹਾਈਡਰੋਜਨੀਕਰਨ ਕਿਰਿਆ ਹੋਈ ਆ। ਠੀਕ ਹੈ ਬੇਟਾ। ਆਗਲਾ ਕੁਐਸਚਨ ਦੇਖੋ। ਦੋ ਪਦਾਰਥ P ਅਤੇ Q ਇੱਕ ਮਿੱਠਾ ਸੰਗਰਧਨਿਤ ਪਦਾਰਥ ਆਰ ਪੈਦਾ ਕਰਦੇ ਨੇ ਕਿਹੜੀ ਪ੍ਰਤੀਕਿਰਿਆ ਇਸ ਬਾਰੇ ਸਹੀ ਹੈ ਇਹਦੇ ਬਾਰੇ ਸਹੀ ਪ੍ਰਤੀਕਿਰਿਆ ਜਿਹੜੀ ਵੈਸਟਰੀ ਕਰਨਾ ਬਾਕੀ ਸਾਰੀਆਂ ਪ੍ਰਤੀਕਿਰਿਆ ਮੈਂ ਤੁਸੀਂ ਦੇਖਣੀਆਂ ਜ਼ਰੂਰ ਬੁੱਕ ਚੋਂ ਇਹ ਕੀ ਹੁੰਦਾ ਹੈ కార్ਬਾਕਸਿਕ ਐਸਟਰ ਤੇ ਐਲਕੋਹਲ ਦਾ ਰਿਐਕਸ਼ਨ ਕਰਕੇ ਆਪਣੇ ਕੋਲੇ ਐਸਟਰ ਬਣਦਾ ਜਿਹੜੀ ਜਿਹਦੀ ਗੰਧ ਕੀ ਆਉਂਦੀ ਹੈ ਮਿੱਠੀ ਹੁੰਦੀ ਹੈ ਜਿਵੇਂ ਇਥੈਨੋਇਕ ਤੇ ਆਪ ਦਾ ਇਥਾਨੋਲ ਨਾਲ ਰਿਐਕਸ਼ਨ ਕਰਕੇ ਤਾਂ ਆਪਣੇ ਕੋਲੇ ਐਸਟਰ ਬਣ ਜਾਏਗਾ ਇਸ ਉਪਰ ਕਿਰਿਆਲੀ ਤਜਾਬੀ ਉਤਪਰੇਰਕ ਦੀ ਲੋੜ ਵੀ ਪੈਂਦੀ ਹੈ। ਅਗਲਾ ਸੁਦੇਸ਼ ਨੇ ਅਖਬਾਰ ਦੇ ਸਿਹਤ ਕਲਮ ਵਿੱਚ ਪੜ੍ਹਿਆ ਕਿ ਕੁਝ ਬਨਸਪਤੀ ਤੇਲ ਸਿਹਤ ਨੂੰ ਚੰਗਾ ਕਰਨ ਵਾਲੇ ਹਨ, ਕੁਝ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਭੋਜਨ ਪਕਾਉਣ ਲਈ ਕਿਸ ਪ੍ਰਕਾਰ ਦੇ ਤੇਲ ਦਾ ਪ੍ਰਯੋਗ ਕਰਨਾ ਚਾਹੀਦਾ ਹੈ? ਸੰਤ੍ਰਿਪਤ ਫੈਟ ਐਸਿਡ ਵਾਲੇ ਤੇਲਾਂ ਦਾ ਅਸੰਤ੍ਰਿਪਤ ਫੈਟ ਐਸਿਡ ਵਾਲੇ ਤੇਲਾਂ ਦਾ ਉੜਾ ਦੇ ਆੜਾ ਦੋਨੋਂ ਕੋਈ ਨਹੀਂ। ਤਾਂ ਕਿਹੜਾ ਆਏਗਾ? ਕਿਹੜਾ ਆਏਗਾ ਇਹ ਸਹੀ ਹੈ ਅਸੰਤ੍ਰਿਪਤ ਫੈਟ ਐਸਿਡ ਵਾਲੇ ਐਸਿਡਮ ਵਾਲੇ ਤੇਲਾਂ ਦਾ ਇਹ ਹੈ ਜਿਹੜੇ ਸਿਹਤ ਲਈ ਵਧੀਆ ਹੁੰਦੇ ਆ ਜਿਹੜੇ ਦੂਜੇ ਨੇ ਉਹ ਸਿਹਤ ਲਈ ਕੀ ਹੁੰਦੇ ਨੇ ਹਾਨੀਕਾਰਕ ਹੁੰਦੇ ਨੇ ਸੰਤ੍ਰਿਪਤ ਆਗਲਾ ਹੁਣ ਤੱਕ ਜਾਣੇ ਜਾਂਦੇ ਪਦਾਰਥਾਂ ਵਿੱਚੋਂ ਸਭ ਤੋਂ ਸਖਤ ਪਦਾਰਥ ਕਿਹੜਾ ਹੈ ਕਿਹੜਾ ਬੇਟਾ ਹੀਰਾ ਹੈ ਆਪਾਂ ਪਹਿਲਾਂ ਵੀ ਪੜਿਆ ਹੋਇਆ ਸਭ ਤੋਂ ਸਖਤ ਪਦਾਰਥ ਕਿਹੜਾ ਹੈ ਹੀਰਾ ਜੋ ਕਾਰਬਨ ਦਾ ਇੱਕ ਯੋਗਿਕ ਹੈ ਕਾਰਬਨ ਵਿੱਚ ਕਾਰਬਨ ਦੇ ਹੋਰ ਪਰਮਾਨੂ ਨਾਲ ਬੰਧਨ ਬਣਾ ਕੇ ਲੜੀ ਲੰਬੀ ਲੜੀ ਵਾਲੇ ਅਣੂ ਬਣਾਉਣ ਦੀ ਅਨੋਖੀ ਸਮਰੱਥਾ ਨੂੰ ਕੀ ਬੋਲਦੇ ਨੇ ਲੜੀ ਬੰਧਨ ਕੈਟੀਨੇਸ਼ਨ ਪ੍ਰੋਪਰਟੀ ਮਤਲਬ ਇਹ ਆਪਣੇ ਨਾਲ ਜਾਂ ਕਿਸੇ ਹੋਰ ਪਰਮਾਨੂ ਨਾਲ ਲੜੀ ਦੇ ਵਿੱਚ ਕੰਪਾਊਂਡ ਜਿਹੜੇ ਬਣਾਉਂਦਾ ਨਾ ਜੋਗਿਕ ਬਣਾਉਂਦਾ ਉਸ ਬਣਾਉਣ ਦੀ ਪ੍ਰਕਿਰਿਆ ਨੂੰ ਇਹਨੂੰ ਕੀ ਬੋਲਦੇ ਨੇ ਲੜੀ ਬੰਧਨ ਨੇ ਕਾਰਬਨ ਆਪਦੇ ਆਪ ਨਾਲ ਵੀ ਜਿਹੜੇ ਬੌਂਡ ਬਣਾਉਂਦਾ ਲੜੀ ਦੇ ਵਿੱਚ ਬਣਾਉਂਦਾ ਠੀਕ ਹੈ ਬੱਚਾ ਅਗਲਾ ਕੁਐਸਚਨ 15ਵਾਂ ਕਾਰਬਨ ਆਪਣੇ ਜਾਂ ਦੂਜੇ ਤੱਤਾਂ ਜਿਵੇਂ ਕਿ ਆਕਸੀਜਨ, ਨਾਈਟ੍ਰੋਜਨ, ਕਲੋਰੀਨ ਨੂੰ ਆਮ ਤੌਰ ਤੇ ਕਿਸ ਤਰ੍ਹਾਂ ਦੇ ਬੰਧਨ ਬਣਾਉਂਦਾ ਹੈ ਸਹਿ ਸੰਜੋਜੀਏ ਮੈਂ ਪਹਿਲਾਂ ਵੀ ਦੱਸਿਆ ਵੀ ਕੋਵਲੈਂਟ ਬੌਂਡ ਬਣਾਉਂਦਾ ਹੈ ਅਗਲਾ ਕੁਐਸਚਨ ਕਿਹੜੇ ਹਾਈਡਰੋਜਨ ਹਾਈड्रोਕਾਰਬਨ ਕਾਲੀ ਧੂਏ ਵਾਲੀ ਪੀਲੀ ਲਾਟ ਦਿੰਦੇ ਹਨ ਕਾਲੀ ਧੂਏ ਵਾਲੀ ਪੀਲੀ ਲਾਟ ਕਿਹੜੇ ਦਿੰਦੇ ਨੇ ਬਈ ਔਸੰਤ੍ਰਿਪਤ ਹਾਈਡਰੋਕਾਰਬਨ ਸੰਤ੍ਰਿਪਤ ਹਾਈਡਰੋਕਾਰਬਨ ਜਿਹੜੇ ਉਹ ਸਾਫ਼ ਲਾਟ ਦਿੰਦੇ ਹਨ ਔਸੰਤ੍ਰਿਪਤ ਕਾਲੀ ਧੂਏ ਵਾਲੀ ਬੀਲੀ ਲਾਟ ਦਿੰਦੇ ਨੇ ਅੱਗੇ ਹੇਠ ਲਿਖਿਆਂ ਵਿੱਚੋਂ ਸੰਤ੍ਰਿਪਤ ਹਾਈਡਰੋਕਾਰਬਨ ਦੀ ਚੋਣ ਕਰੋ ਇਹ ਮੈਂ ਪਹਿਲਾਂ ਹੀ ਦੱਸਤਾ ਜਿਹੜੇ ਨੇ ਬੇਟਾ ਇਹ ਸੰਤ੍ਰਿਪਤ ਅਲਕੀਨ ਹੈ ਅਲਕੀਨ ਦੇ ਵਿੱਚ ਸਿੰਗਲ ਬੌਂਡ ਹੁੰਦਾ ਹੈ ਅਲਕੀਨ ਤੇ ਅਲਕਾਇਨ ਦੇ ਵਿੱਚ ਡਬਲ ਤੇ ਟ੍ਰਿਪਲ ਬੌਂਡ ਹੁੰਦਾ ਉਹ ਔਸੰਤ੍ਰਿਪਤ ਦੇ ਵਿੱਚ ਆਉਂਦੇ ਨੇ ਸੰਤ੍ਰਿਪਤ ਹਾਈਡਰੋਕਾਰਬਨ ਕਿਹੜਾ ਹੈ ਇਹਨਾਂ ਵਿੱਚੋਂ ਅਲਕੀਨ ਹੈ ਮੁਨਾਸਪਤੀ ਗਿਆ ਉਹਦਾ ਦੀਵਾ ਜਲਾਉਣ ਤੇ ਸਾਫ਼ ਲਾਟ ਵਿਖਾਈ ਦਿੰਦੀ ਹੈ। ਮੁਨਾਸਪਤੀ ਗਿਆ ਕਿਸ ਕਿਸਮ ਦਾ ਯੋਗਿਕ ਹੈ? ਸਾਫ਼ ਲਾਟ ਦਿਖਾਈ ਦਿੰਦੀ ਹੈ ਤਾਂ ਕਿ ਕਿਸ ਕਿਸਮ ਦਾ ਬੇਟਾ ਉਹ ਸੰਤ੍ਰਿਪਤ ਹਾਈਡਰੋਕਾਰਬਨ ਆ ਉਹ। ਕਿਉਂਕਿ ਉਹਦੇ ਵਿੱਚ ਕੀ ਬੌਂਡ ਹੈ? ਸਿੰਗਲ ਬੌਂਡ ਹੈ। ਤੇ ਉਹਦੇ ਵਿੱਚ ਸਾਫ਼ ਲਾਟ ਵਿਖਾਈ ਦਿੰਦੀ ਹੈ। ਕਾਲੀ ਧੂਏ ਵਾਲੀ ਪੀਲੀ ਲਾਟ ਅਸੰਤ੍ਰਿਪਤ ਦੇ ਲਈ ਤੇ ਸਾਫ਼ ਲਾਟ ਆ ਜਿਹੜੀ ਉਹ ਸੰਤ੍ਰਿਪਤ ਹਾਈਡਰੋਕਾਰਬਨ ਦੇ ਲਈ। ਠੀਕ ਹੈ ਬੇਟਾ। ਰਾਣੀ ਨੇ ਅਧਿਆਪਕ ਤੋਂ ਪੁੱਛਿਆ ਕਿ ਕੱਲ ਸਾਬਣ ਨਾਲ ਕੱਪੜੇ ਧੋਣ ਸਮੇਂ ਝੱਗ ਨਹੀਂ ਬਣੀ ਇਸ ਦਾ ਕੀ ਕਾਰਨ ਹੋ ਸਕਦਾ ਕਿਉਂ ਨਹੀਂ ਬੰਦੀ ਬੇਟਾ ਕਠੋਰ ਪਾਣੀ ਦੇ ਵਿੱਚ ਅਕਸਰ ਝੱਗ ਨਹੀਂ ਬੰਦੀ ਕਿਉਂਕਿ ਉਹਦੇ ਵਿੱਚ ਅਸ਼ੁੱਧੀਆਂ ਹੁੰਦੀਆਂ ਹਨ ਕਲੋਰਾਈਡ ਜਾਂ ਸਲਫੇਟ ਵਗੈਰਾ ਹੁੰਦੇ ਨੇ ਉਹਦੇ ਵਿੱਚ ਕੰਪਾਊਂਡ ਹੋਰ ਬਣੇ ਹੁੰਦੇ ਆ ਜਿਹੜੇ ਕਿ ਐਸਟਰੀ ਸਾਬਣੀ ਕਰਨ ਦੀ ਕਿਰਿਆ ਨੂੰ ਨਹੀਂ ਹੋਣ ਹੁੰਦੇ ਝੱਗ ਨਹੀਂ ਬਣਦੀ ਤਾਂ ਉਹ ਕਿਹੜਾ ਪਾਣੀ ਹੁੰਦਾ ਕਠੋਰ ਪਾਣੀ ਆ ਇਸ ਕਰਕੇ ਝੱਗ ਨਹੀਂ ਬਣੀ ਇਸੇ ਚੈਪਟਰ ਨਾਲ ਹੀ ਸੰਬੰਧਿਤ ਕੁਝ ਹੋਰ ਪ੍ਰਸ਼ਨ ਪਹਿਲਾ ਕੁਐਸਚਨ ਹਰਪ੍ਰੀਤ ਨੇ ਪੜ੍ਹਿਆ ਹੈ ਕਿ ਭੋਜਨ ਕੱਪੜੇ ਦਵਾਈਆਂ ਪੁਸਤਕਾਂ ਆਦਨਿਕ ਆਸਣੇ ਇੱਕ ਬਹੁਪੱਖੀ ਤੱਤ ਮੌਜੂਦ ਹੁੰਦਾ ਤੱਤ ਮੌਜੂਦ ਹੁੰਦਾ ਹੈ ਇਸ ਦਾ ਕੀ ਨਾਮ ਹੈ ਕਾਰਬਨ ਕਾਰਬਨੀ ਹੈ ਜਿਹੜਾ ਬਹੁਤ ਪ੍ਰਕਾਰ ਦੇ ਕੰਪਾਊਂਡ ਬਣਾਉਂਦਾ ਹੈ ਜਿਹੜੇ ਕਿਨਾਂ ਸਾਰਿਆਂ ਦੇ ਵਿੱਚ ਹੁੰਦੇ ਨੇ ਭੋਜਨ ਦੇ ਵਿੱਚ ਗਲੂਕੋਜ਼ ਦੇ ਰੂਪ ਦੇ ਵਿੱਚ ਹੁੰਦਾ ਕੱਪੜਿਆਂ ਦੇ ਵਿੱਚ ਹੁੰਦਾ ਦਵਾਈਆਂ ਦੇ ਵਿੱਚ ਵੀ ਹਰੇਕ ਦੇ ਵਿੱਚ ਇਹ ਕਾਰਬਨ ਦੇ ਯੋਗਿਕ ਹੁੰਦੇ ਨੇ ਤਾਂ ਕਿਹੜਾ ਬਹੁਪੱਖੀ ਤੱਤ ਮੌਜੂਦ ਹੁੰਦਾ ਹੈ ਨਾ ਇਹ ਵਿੱਚ ਕਾਰਬਨ ਹੁੰਦਾ ਹੈ। ਅਗਲਾ ਮੀਨਾ ਨੇ ਕਾਰਬਨ ਯੋਗਾਂ ਦੇ ਪਿਘਲਣ ਅੰਕ ਅਤੇ ਉਬਲਣ ਅੰਕ ਬਾਰੇ ਪੜਿਆ ਹੈ। ਇਹਨਾਂ ਯੋਗਾਂ ਦੇ ਪਿਘਲਣ ਅੰਕ ਅਤੇ ਉਬਲਣ ਅੰਕ ਉੱਚੇ ਹੁੰਦੇ ਨੇ ਕੀ ਕਾਰਨ ਹੈ? ਵੀ ਪਹਿਲਾਂ ਹੀ ਦੇਖ ਲਿਆ ਆਪਾਂ ਅਮਾ ਵਿਚਕਾਰ ਪ੍ਰਵਲ ਖਿੱਚ ਬਲ ਹੁੰਦਾ ਹੈ। ਅੱਗੇ ਗੁਰਮੀਲ ਨੇ ਕਸ਼ੀਦਤ ਪਾਣੀ ਵਿੱਚ ਗਲੂਕੋਜ਼ ਦਾ ਘੋਲ ਘੋਲ ਤਿਆਰ ਕਰਕੇ ਉਸ ਵਿੱਚੋਂ ਬਿਜਲੀ ਤਾਰਾ ਗੁਜ਼ਾਰੀ ਪਰantu ਬਿਜਲੀ ਸਰਕਟ ਵਿੱਚ ਲਗਾਇਆ ਗਿਆ ਮਤਲਬ ਨਹੀਂ ਜਗਿਆ ਇਸ ਦਾ ਕੀ ਕਰਨਾ ਹੈ ਜਿਹੜੇ ਕਾਰਬੋਨਿਕ ਯੋਗਿਕ ਨਹੀਂ ਉਹ ਬਿਜਲੀ ਦੇ ਕੀਨੇ ਕੋਚਾਲਕ ਨਹੀਂ ਗਲੂਕੋਜ਼ ਹੈ ਜਿਹੜਾ ਕਾਰਬਨ ਦਾ ਯੋਗਿਕ ਹੈ ਉਹ ਬਿਜਲੀ ਦਾ ਕੋਚਾਲਕ ਹੈ ਕਿਉਂਕਿ ਉਹਨਾਂ ਦੇ ਵਿੱਚ ਆਇਨ ਨਹੀਂ ਹੁੰਦੇ ਇਹਨਾਂ ਦੇ ਸਹਿ ਸੰਯੋਜੀ ਬੰਧਨ ਹੁੰਦੇ ਨੇ ਆਇਨਿਕ ਬੌਂਡ ਨਹੀਂ ਹੁੰਦਾ ਆਇਨ ਹੁੰਦੇ ਨਹੀਂ ਇਸ ਕਰਕੇ ਜਿਹੜਾ ਬਿਜਲੀ ਦੇ ਚਾਲਕ ਹੀ ਨਹੀਂ ਹੁੰਦੇ ਚੌਥਾ ਕੁਐਸਚਨ ਮੋਹਨ ਨੇ ਪੜ੍ਹਿਆ ਹੈ ਕਿ ਤੱਤਾਂ ਦੀ ਸੰਯੋਜਨ ਸਮਰੱਥਾ ਨਿਰਪਰ ਕਰਦੀ ਹੈ ਇਲੈਕਟ੍ਰੋਨਾਂ ਦੀ ਕੋਲ ਸੰਖਿਆ ਸੰਯੋਜਕ ਇਲੈਕਟ੍ਰੋਨਾਂ ਦੀ ਸੰਖਿਆ ਪ੍ਰੋਟੋਨਾਂ ਦੀ ਸੰਖਿਆ ਨਿਊਟ੍ਰੋਨਾਂ ਦੇ ਸਕੇ ਕਿਤੇ ਨਿਰਪਰ ਕਰਦੀ ਹੈ ਸੰਯੋਜਕ ਇਲੈਕਟ੍ਰੋਨਾਂ ਦੀ ਸੰਖਿਆ ਮਤਲਬ ਜਿਹੜੇ ਸੰਯੋਜਨ ਦੇ ਵਿੱਚ ਭਾਗ ਲੈਣਗੇ ਮਤਲਬ ਬੈਲੈਂਸ ਇਲੈਕਟ੍ਰੋਨ ਠੀਕ ਹੈ ਬੇਟਾ ਬੈਲੈਂਸ ਸ਼ੈਲ ਦੇ ਵਿੱਚ ਮੌਜੂਦ ਇਲੈਕਟ੍ਰੋਨ ਸਭ ਤੋਂ ਬਾਹਰੀ ਸ਼ੈਲ ਦੇ ਵਿੱਚ ਇਲੈਕਟ੍ਰੋਨ ਜਿਹੜੇ ਅਗੇ ਪੰਜਵਾਂ ਜਤਿੰਦਰ ਨੇ ਆਪਣੇ ਅਧਿਆਪਕ ਤੋਂ ਪੁੱਛਿਆ ਕਿ ਕਾਰਬਨ ਦੇ ਬਾਰੀ ਸਾਲ ਵਿੱਚ ਚਾਰ ਇਲੈਕਟ੍ਰੋਨ ਹੁੰਦੇ ਨੇ ਨੋਬਲ ਗੈਸ ਇਲੈਕਟ੍ਰੋਨ ਤਰਤੀਬ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਇਲੈਕਟ੍ਰੋਨ ਸਾਂਝਾ ਕਰਕੇ ਇਲੈਕਟ੍ਰੋਨ ਪ੍ਰਾਪਤ ਕਰਕੇ ਇਲੈਕਟ੍ਰੋਨ ਗਵਾ ਕੇ ਕਿਵੇਂ ਕੀਤੀ ਜਾ ਸਕਦੀ ਹੈ ਵੀ ਇਲੈਕਟ੍ਰੋਨ ਸਾਂਝਾ ਕਰਕੇ ਨੋਬਲ ਗੈਸ ਕਨਫਿਗਰੇਸ਼ਨ ਆ ਜਿਹੜੀ ਉਹ ਪ੍ਰਾਪਤ ਕੀਤੀ ਜਾ ਸਕਦੀ ਹੈ ਰਾਜ ਨੇ ਪੁੱਛਿਆ ਕਿ ਬਿਜਲੀ ਸਰਕਟ ਸਰਕਟ ਵਿੱਚ ਪੈਨਸਲ ਦਾ ਸਿੱਕਾ ਲਗਾਉਣਾ ਬਲਬ ਜਗ ਪੈਂਦਾ ਇਹ ਕਾਰਬਨ ਦਾ ਕਿਹੜਾ ਰੂਪ ਹੈ ਇਹ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਡਿਸਕਸ ਕੀਤਾ ਸੀ ਤਾਂ ਆਪਾਂ ਪੈਨਸਲ ਨੂੰ ਸਰਕਟ ਦੇ ਵਿੱਚ ਲਗਾਉਨੇ ਜਾਂ ਤਾਂ ਉਹ ਬਿਜਲੀ ਸਰਕਟ ਦੇ ਵਿੱਚ ਲੱਗਿਆ ਬਲਬ ਜਗ ਜਾਂਦਾ ਕਿਹੜਾ ਹੁੰਦਾ ਉਹ ਗ੍ਰੇ ਫਾਈਟ ਹੁੰਦਾ ਠੀਕ ਹੈ ਬੇਟਾ ਕਾਰਬਨ ਦਾ ਕਿਹੜਾ ਰੂਪ ਹੈ ਉਹ ਪੈਨਸਲ ਦਾ ਜਿਹੜੀ ਕਾਲਖੀ ਹੁੰਦੀ ਹੈ ਜਿਸ ਦੇ ਨਾਲ ਆਪ ਲਿਖਦੇ ਆ ਠੀਕ ਹੈ ਸਿੱਕਾ ਬੋਲਦੇ ਹੁਣ ਕੀ ਹੁੰਦਾ ਉਹ ਗ੍ਰੇ ਫਾਈਟ ਹੁੰਦਾ ਸ਼ੀਲਾ ਨੇ ਪੁੱਛਿਆ ਕਿ ਛੱਦਰੂ ਵਿੱਚ ਕਾਰਬਨ ਨੂੰ অতি ਉੱਚ ਦਵਾ ਅਤੇ ਤਾਪਮਾਨ ਅਧੀਨ ਰੱਖਣ ਨਾਲ ਕਾਰਬਨ ਦਾ ਕਿਹੜਾ ਰੂਪ ਬਣਾਇਆ ਜਾ ਸਕਦਾ ਹੈ? অতি ਉੱਚ ਦਬਾਅ ਮਤਲਬ ਹਾਈ ਪ੍ਰੈਸ਼ਰ ਅਤੇ ਟੈਂਪਰੇਚਰ ਤੇ ਰੱਖਣ ਨਾਲ ਕਾਰਬਨ ਦਾ ਕਿਹੜਾ ਰੂਪ ਬਣਾਇਆ ਜਾ ਸਕਦਾ ਬੇਟਾ? ਹੀਰਾ ਬਣਾਇਆ ਜਾ ਸਕਦਾ ਹੈ। ਅੱਗੇ ਮਨਪ੍ਰੀਤ ਨੇ ਪੁੱਛਿਆ ਕਿ ਕਾਰਬਨ ਦੁਆਰਾ ਪਰਵਲ ਬੰਧਨ ਦੇ ਨਿਰਮਾਣ ਦਾ ਕਾਰਨ ਕੀ ਹੈ? ਕਾਰਬਨ ਪਰਮਾਣੂ ਦਾ ਛੋਟਾ ਆਕਾਰ, ਕਾਰਬਨ ਪਰਮਾਣੂ ਦਾ ਵੱਡਾ ਆਕਾਰ, ਇਲੈਕਟ੍ਰੋਨ ਤਰਤੀਬ ਕੀ ਹੈ ਵੀ? ਇਹਦਾ ਪ੍ਰਬਲ ਬੰਧਨ ਨੂੰ ਬਣਾਉਣ ਦਾ ਆਕਾਰ ਕਾਰਨ ਕੀ ਹੈ ਇਲੈਕਟ੍ਰੋਨਾਂ ਦੀ ਤਰਤੀਬ ਹੈ ਇਹਦੀ ਅੱਗੇ ਮਨਾਸਪਤੀ ਕਿਉਂ ਦਾ ਦੀਵਾ ਜਲਾਉਣ ਤੇ ਸਾਫ਼ ਲਾਟ ਦਿਖਾਈ ਦਿੰਦੀ ਹੈ ਮਨਾਸਪਤੀ ਕਿਉਂ ਕਿਹੜਾ ਹਾਈਡਰੋਕਾਰਬਨ ਹੈ ਆਪਾਂ ਪਹਿਲਾਂ ਹੀ ਕਰ ਲਿਆ ਕਿਹੜਾ ਹਾਈਡਰੋਕਾਰਬਨ ਹੈ ਵੀ ਸੰਤ੍ਰਿਪਤ ਹਾਈਡਰੋਕਾਰਬਨ ਹੈ ਮਤਲਬ ਜਿਹਨਾਂ ਨੇ ਸਾਫ਼ ਉਹ ਸੰਤ੍ਰਿਪਤ ਜਿਹਨਾਂ ਦੇ ਕਾਲੀ ਧੂਏ ਵਾਲੀ ਬਲੀ ਲਾਟ ਉਹ ਅਸੰਤ੍ਰਿਪਤ ਹਾਈਡਰੋਕਾਰਬਨ ਅਗਲਾ ਕੁਐਸਚਨ ਜਗਤਾਰ ਨੇ ਪੁੱਛਿਆ ਕਿ ਦੋ ਪਰਮਾਣੂ ਵਿਚਕਾਰ ਇਲੈਕਟ੍ਰੋਨਾਂ ਦੇ ਇੱਕ ਜੋੜੇ ਦੀ ਸਾਂਝ ਦੁਆਰਾ ਬਣਨ ਵਾਲੇ ਬੰਧਨ ਨੂੰ ਕੀ ਕਹਿੰਦੇ ਨੇ ਜੋੜੇ ਦੀ ਸਾਂਝ ਦੁਆਰਾ ਬਣਨ ਵਾਲੇ ਬੰਧਨ ਨੂੰ ਕੀ ਕਹਿੰਦੇ ਨੇ ਬੇਟਾ ਸਹਿ ਸੰਯੋਗੀ ਬੰਧਨ ਜਾਂ ਸਹਿ ਸੰਯੋਜੀ ਬੰਧਨ ਕੋਵਲੈਂਟ ਬੌਂਡ ਜੋਤੀ ਨੇ ਪੁੱਛਿਆ ਕਿ ਸੰਤ੍ਰਿਪਤ ਹਾਈਡਰੋਕਾਰਬਨਾਂ ਨੂੰ ਕੀ ਕਹਿੰਦੇ ਨੇ ਕਿ ਪਹਿਲਾਂ ਹੀ ਕਰ ਲੈ ਸੰਤ੍ਰਿਪਤ ਹਾਈਡਰੋਕਾਰਬਨਾਂ ਨੂੰ ਕੀ ਕਹਿੰਦੇ ਨੇ ਅਲਕੀਨ ਅਲਕੀਨ ਤੇ ਅਲਕਾਇਨ ਡਬਲ ਤੇ ਟ੍ਰਿਪਲ ਬੌਂਡ ਹੁੰਦਾ ਆ ਸੰਤ੍ਰਿਪਤ ਹਾਈਡਰੋ ਕਾਰਬਨ ਹੁੰਦੇ ਨੇ ਸੋਨੀ ਨੇ ਪੁੱਛਿਆ ਕਿ ਕਿਹੜੇ ਹਾਈਡਰੋਕਾਰਬਨ ਕਾਲੀ ਕਾਲੇ ਧੂਏ ਵਾਲੀ ਪੀਲੀ ਲਾਟ ਦਿੰਦੇ ਨੇ ਪਹਿਲਾਂ ਹੀ ਆਪਾਂ ਡਿਸਕਸ ਕਰ ਲਿਆ ਕਿਹੜੇ ਹੁੰਦੇ ਨੇ ਵੀ ਆਸੰਤ੍ਰਿਪਤ ਹਾਈਡਰੋਕਾਰਬਨ ਰਗੇਸ਼ ਨੇ ਪੁੱਛਿਆ ਕਿ ਬਨਸਪਤੀ ਤੇਲਾਂ ਨੂੰ ਘੋਲ ਵਿੱਚ ਬਦਲਣ ਦੀ ਕਿਰਿਆ ਨੂੰ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਵੀ ਹਾਈਡਰੋਜਿਨੀ ਕਾਰਨ ਹਾਈਡਰੋਜਨ ਦੀ ਐਡੀਸ਼ਨ ਹੋ ਜਾਂਦੀ ਹੈ। ਪੌਸ਼ਪਤੀ ਤੇਲ ਆ ਜਿਹੜਾ ਉਹ ਅਸੰਤ੍ਰਿਪਤ ਹੈ ਮਤਲਬ ਡਬਲ ਬੌਂਡ ਆ ਉਹਦੇ ਵਿੱਚ ਤੇ ਜਿਹੜੇ ਘੋੜਾ ਬਣਾਏ ਨੇ ਉਹ ਸੰਤ੍ਰਿਪਤ ਹੈ ਸਿੰਗਲ ਬੌਂਡ ਆ ਤਾਂ ਕੀ ਕਿਵੇਂ ਖਤਮ ਹੋਇਆ ਡਬਲ ਬੌਂਡ ਹਾਈਡਰੋਜਨ ਦੀ ਐਡੀਸ਼ਨ ਨਾਲ ਹੋ ਜਾ। ਅਗਲਾ ਕੁਐਸਚਨ 14ਵਾਂ ਸੁਖਪ੍ਰੀਤ ਨੇ ਪੁੱਛਿਆ ਕਿ ਭੋਜਨ ਬਗਾਉਣ ਲਈ ਕਿਹੜੇ ਤੇਲਾਂ ਦਾ ਪ੍ਰਯੋਗ ਕਰਨਾ ਚਾਹੀਦਾ। ਕਿਹੜਾ ਕਰਨਾ ਚਾਹੀਦਾ ਵੀ ਸੰਤ੍ਰਿਪਤ ਫੈਟੀ ਐਸਿਡ ਵਾਲੇ ਤੇਲਾਂ ਦਾ ਅਸੰਤ੍ਰਿਪਤ ਫੈਟੀ ਐਸਿਡ ਵਾਲੇ ਇਹਨਾਂ ਵਿੱਚੋਂ ਕੋਈ ਨਹੀਂ ਕਿਹੜਾ ਕਰਨਾ ਚਾਹੀਦਾ ਅਸੰਤ੍ਰਿਪਤ ਫੈਟੀ ਐਸਿਡ ਵਾਲੇ ਤੇਲਾਂ ਦਾ ਅਸੰਤ੍ਰਿਪਤ ਫੈਟੀ ਐਸਿਡ ਵਾਲੇ ਤੇਲ ਆ ਜਿਹੜੇ ਉਹ ਸੇਤ ਲਈ ਖਤਰਨਾਕ ਹੁੰਦੇ ਨੇ ਇਸ ਲਈ ਅਸੰਤ੍ਰਿਪਤ ਯੂਜ਼ ਕੀਤੇ ਜਾਂਦੇ ਨੇ ਰਾਜੂ ਨੇ ਪੁੱਛਿਆ ਕਿ ਵਿਕਿਰਤ ਅਲਕੋਹਲ ਦੀ ਪਛਾਣ ਕਿਹੜੇ ਰੰਗ ਤੋਂ ਕੀਤੀ ਜਾਂਦੀ ਹੈ ਨੀਲਾ ਨੀਲੇ ਰੰਗ ਤੋਂ ਕੀਤੀ ਜਾਂਦੀ ਹੈ ਕਿ ਬੇਟਾ ਵਿਕਰਤੋ ਅਲਕੋਹਲ ਉਹ ਹੁੰਦਾ ਇਥਨੋਲ ਜਿਹੜਾ ਪਿਓਰ ਅਲਕੋਹਲ ਹੁੰਦਾ ਠੀਕ ਹੈ ਬੇਟਾ ਤੇ ਇਹਦੀ ਵਰਤੋਂ ਜ਼ਿਆਦਾ ਲੋਕ ਪੀਣ ਵਾਸਤੇ ਕਰਦੇ ਨੇ ਅਲਕੋਹਲ ਨੂੰ ਤਾਂ ਉਹ ਉਹ ਤੋਂ ਬਜਾ ਲਈ ਇਥਨੋਲ ਦੇ ਵਿੱਚ ਮੀਥਨੋਲ ਪਾ ਦਿੱਤਾ ਜਾਂਦਾ ਜਿਹੜਾ ਕਿ ਬਹੁਤ ਹੀ ਜ਼ਹਿਰੀਲਾ ਪਦਾਰਥ ਹੈ ਮੀਥਨੋਲ ਪਾ ਦਿੱਤਾ ਜਾਂਦਾ ਜਿਹੜਾ ਜ਼ਹਿਰੀਲਾ ਪਦਾਰਥ ਹੈ ਪਾਦ ਦੇ ਵਿੱਚ ਉਹਨੂੰ ਰੰਗ ਦੇਣ ਲਈ ਉਹਨੂੰ ਨੀਲਾ ਰੰਗ ਦਿੱਤਾ ਜਾਂਦਾ ਠੀਕ ਹੈ ਰੰਗ ਦਿੱਤਾ ਜਾਂਦਾ ਤੇ ਉਹ ਨੀਲਾ ਹੋ ਜਾਂਦਾ ਤੋਂ ਉਸ ਨੂੰ ਵੀ ਮੀਥਨੋਲ ਵਾਲੇ ਘੋਲ ਨੂੰ ਜਾਂ ਮੀਥਨੋਲ ਨੂੰ ਵਿਕਿਰਤ ਅਲਕੋਹਲ ਕਿਹਾ ਜਾਂਦਾ ਹੈ। ਅਗਲਾ 16ਵਾਂ ਰਾਣੀ ਨੇ ਪੁੱਛਿਆ ਕਿ ਕੱਪੜੇ ਤੋਂ ਹੁਣ ਸਮੇਂ ਪਾਣੀ ਨਾ ਝੱਗ ਨਹੀਂ ਬੰਦੀ ਇਸਦਾ ਕੀ ਕਾਰਨ ਹੈ ਪਹਿਲਾਂ ਹੀ ਕਰ ਲਿਆ ਆਪਾਂ ਜਿਹੜਾ ਪਾਣੀ ਆ ਉਹ ਕਿਹੜਾ ਕਠੋਰ ਪਾਣੀ ਆ ਜਾਂ ਪਾਣੀ ਭਾਰਾ ਪਾਣੀ ਹੈ। ਅਗਲਾ ਆਮ ਪਾਛ ਵਿੱਚ ਅਲਕੋਹਲ ਨੂੰ ਕੀ ਕਿਹਾ ਜਾਂਦਾ ਹੋਈ ਦੱਸ ਕੇਟਾ ਬੇਟਾ ਕੀ ਕਿਹਾ ਜਾਂਦਾ ਇਥਾਨੋਲ ਇਥੇਨੋਲ ਠੀਕ ਹੈ। ਸੂਰ ਦੇ ਪ੍ਰਕਾਸ਼ ਨੂੰ ਰਸਾਇਣਿਕ ਊਰਜਾ ਵਿੱਚ ਬਦਲਣ ਦਾ ਸਭ ਤੋਂ ਵਧੀਆ ਪਰਵਰਤਕ ਕਿਹੜਾ ਪੌਦਾ ਹੈ ਸੂਰ ਦੇ ਪ੍ਰਕਾਸ਼ ਨੂੰ ਰਸਾਇਣਿਕ ਊਰਜਾ ਦੇ ਵਿੱਚ ਕਿਹੜਾ ਪੌਦਾ ਵਰਤਦਾ ਬੇਟਾ ਗੰਨੇ ਦਾ ਪੌਦਾ ਵਰਤਦਾ ਹੈ ਸਭ ਤੋਂ ਵਧੀਆ ਪਰਵਰਤਕ ਹੈ ਗੰਨੇ ਦੇ ਰਸ ਤੋਂ ਕਿਹੜੇ ਉਤਪਾਦ ਤੋਂ ਵੱਡੀ ਮਾਤਰਾ ਵਿੱਚ ਕੋਲ ਤਿਆਰ ਕੀਤਾ ਜਾਂਦਾ ਖੰਡ ਤੋਂ ਗੁੜ ਤੋਂ ਸੀਰੇ ਤੋਂ ਇਹਨਾਂ ਵਿੱਚ ਕੋਈ ਨਹੀਂ ਕੋਲ ਬਣਾਉਣ ਵੇਲੇ ਖੰਡ ਦਾ ਜਾਂ ਗੁੜ ਦਾ ਪ੍ਰਯੋਗ ਕਰਦੇ ਨੇ ਲੋਕ ਅੱਗੇ ਜੁਗੰਨੇ ਦੇ ਰਸਤੇ ਜਦੋਂ ਖੰਡ ਤਿਆਰ ਕੀਤੀ ਜਾਂਦੀ ਆ ਖੰਡ ਤਿਆਰ ਕਰਨ ਸਮੇਂ ਸੀਰਾ ਵੀ ਬੰਦ ਆ ਠੀਕ ਹੈ ਬੇਟਾ ਜਿਹੜਾ ਉਹ ਸੀਰਾ ਹੈ ਉਸ ਤੋਂ ਤੋਂ ਹੀ ਵੱਡੀ ਮਾਤਰਾ ਵਿੱਚ ਇਥੈਨੋਲ ਤਿਆਰ ਕੀਤਾ ਜਾਂਦਾ ਜਾਂ ਕਹਾਂਗੇ ਅਲਕੋਹਲ ਤਿਆਰ ਕੀਤਾ ਜਾਂਦਾ ਤਾਂ ਇਹਦੇ ਲਈ ਸੀਰਾ ਆਪਸ਼ਨ ਸਹੀ ਆਏਗੀ ਕਿਹੜਾ ਹਾਈਡਰੋਕਾਰਬਨ ਦ੍ਰਿਸ਼ਟੀ ਨਾੜੀਆਂ ਨੂੰ ਪ੍ਰਭਾਵਿਤ ਕਰਕੇ ਵਿਅਕਤੀ ਨੂੰ ਅੰਨ੍ਹਾ ਕਰ ਦਿੰਦਾ ਹੈ ਕਿਹੜਾ ਵੀ ਉਹ ਮੀਥਾਨੋਲ ਹੈ ਬਹੁਤ ਹੀ ਖਤਰਨਾਕ ਹੈ ਉਤਰ ਉਹ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਕੇ ਵਿਅਕਤੀ ਨੂੰ ਅੰਨ੍ਹਾ ਵੀ ਕਰ ਦਿੰਦਾ ਹੈ ਇਹ ਸੀ ਆਪਣਾ ਅੱਜ ਦਾ ਲੈਕਚਰ ਕਾਰਬਨ ਅਤੇ ਕਾਰਬਨ ਦੇ ਯੋਗਿਕ ਤੇ ਮੈਨੂੰ ਉਮੀਦ ਹੈ ਵੀ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ ਧੰਨਵਾਦ ਤੁਹਾਡਾ ਸਾਰਿਆਂ ਦਾ